ਗੁਰਦਾਸਪੁਰ ਦੇ ਕਸਬਾ ਕਲਨੌਰ ਵਿੱਚ ਸਬ ਤਹਿਸੀਲ ਗੁਰਦਾਸਪੁਰ ਦੇ ਨਾਲੋਂ ਤੋੜ ਕੇ ਕਸਬਾ ਡੇਰਾ ਬਾਬਾ ਨਾਨਕ ਨਾਲ ਜੋੜਨ ਦੇ ਮੁੱਦੇ ਨੂੰ ਲੈ ਕੇ ਕਸਬਾ ਕਲਨੌਰ ਵਿੱਚ ਬੱਸ ਅੱਡੇ ਦੇ ਕੋਲ ਕਸਬੇ ਦੇ ਕੁਝ ਲੋਕਾਂ ਵੱਲੋਂ ਪਿਛਲੇ ਤਕਰੀਬਨ 17 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਅਤੇ ਉਹ ਇਸ ਮੁੱਦੇ ਨੂੰ ਲੈ ਕੇ ਹਲਕਾ ਇੰਚਾਰਜ ਸੁੱਚਾ ਸਿੰਘ ਲਗਾਹ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਜਿੱਥੇ ਕਸਬੇ ਦੇ ਲੋਕ ਹੜਤਾਲ ਤੇ ਬੈਠੇ ਹਨ ਉੱਥੇ ਹੀ ਹਲਕਾ ਇੰਚਾਰਜ ਸੁੱਚਾ ਸਿੰਘ ਲਗਾਹ ਨੇ ਕਸਬੇ ਦੇ ਲੋਕਾਂ ਨੂੰ ਆਪਣੀ ਸਫਾਈ ਦੇਣ ਦੇ ਮਕਸਦ ਨਾਲ ਇੱਕ ਵਿਸ਼ਾਲ ਇਕੱਠ ਕਰਕੇ ਮੀਟਿੰਗ ਕੀਤੀ ਅਤੇ ਸਰਕਾਰ ਦੇ ਵੱਲੋਂ ਸਬ ਤਹਿਸੀਲ ਨੂੰ ਲੈ ਕੇ ਕੀਤੇ ਗਏ ਜਾਰੀ ਪਲਾਨ ਨੂੰ ਲੋਕਾਂ ਸਾਹਮਣੇ ਰੱਖਿਆ। ਸਾਡਾ ਭੁੱਖ ਹੜਤਾਲ ਅਤੇ ਤਹਿਸੀਲ ਦੇ ਮੁੱਦੇ ਨੂੰ ਲੈ ਕੇ ਭੁੱਖ ਹੜਤਾਲ ਜਿਹੜੀ ਅੱਜ 16ਵੇਂ ਦਿਨ 'ਚ ਅੱਜ 16ਵੇਂ ਦਿਨ ਦਾ ਇਹ ਜਥਾ ਬੈਠਾ ਭੁੱਖ ਹੜਤਾਲ 'ਤੇ। ਸਾਡੀ ਇੱਕੋ ਇੱਕ ਮੰਗ ਹੈ ਵੀ ਕਲਾਨੌਰ ਨੂੰ ਡੇਰੇ ਨਾਲ ਨਾ ਜੋੜਿਆ ਜਾਵੇ, ਸਾਨੂੰ ਕਲਾਨੌਰ ਨੂੰ ਵੱਡੀ ਤਹਿਸੀਲ ਦਾ ਦਰਜਾ ਦਿੱਤਾ ਜਾਵੇ, ਇੱਥੇ ਸਬ ਡਿਵੀਜ਼ਨ ਬਣੇ। ਡੇਰੇ ਨਾਲ ਜੋੜਨਾ ਸਾਨੂੰ ਗੁਰਦਾਸਪੁਰ ਨਾਲ ਜੁੜਿਆ ਰਹਿਣਾ ਬਿਹਤਰ ਹੈ ਕਿਉਂਕਿ ਉੱਥੇ ਸਾਰੇ ਦਫ਼ਤਰ ਨੇ, ਡੇਰੇ ਕੋਈ ਅਧਿਕਾਰੀ ਨਹੀਂ ਬੈਠਦਾ। ਜਦੋਂ ਡੇਰਾ ਤਹਿਸੀਲ ਸਬ ਤਹਿਸੀਲ ਜਿਹੜੀ ਸਾਡੀ ਡੇਰੇ ਨਾਲ ਜੁੜ ਜਾਣੀ ਹੈ ਤਾਂ ਸਾਡਾ ਥਾਣਾ ਆਟੋਮੈਟਿਕਲੀ ਬਟਾਲੇ ਨਾਲ ਜੁੜ ਜਾਣਾ, ਸਾਡੀਆਂ ਨਿੱਕੀਆਂ ਅਦਾਲਤਾਂ ਆਟੋਮੈਟਿਕਲੀ ਬਟਾਲੇ ਨਾਲ ਜੁੜ ਜਾਣੀਆਂ। ਲੋਕਾਂ ਨੂੰ ਤਿੰਨਾਂ ਥਾਵਾਂ 'ਤੇ ਜਾਣਾ ਪਿਆ ਕਰੇਗਾ, ਪਹਿਲਾਂ ਡੇਰੇ ਜਾਇਆ ਕਰਨਗੇ, ਫਿਰ ਬਟਾਲੇ ਜਾਇਆ ਕਰਨਗੇ, ਫਿਰ ਗੁਰਦਾਸਪੁਰ ਜਾਇਆ ਕਰਨਗੇ। ਇਸ ਕਰਕੇ ਸਾਡੀ ਬੇਨਤੀ ਹੈ ਵੀ ਜਾਂ ਤਾਂ ਸਾਡੀ ਕਲਾਨੌਰ ਨੂੰ ਸਬ ਡਿਵੀਜ਼ਨ ਦਾ ਦਰਜਾ ਦਿੱਤਾ ਜਾਵੇ ਅਤੇ ਜਾਂ ਸਾਡੀ ਪਹਿਲੀ ਪਿਛਨ ਬਾਹਰ ਰਹਿੰਦੀ। ਉਹਦੇ ਬਾਰੇ ਮੇਰੀ ਬੇਨਤੀ ਹੈ ਵੀ ਜ਼ਬਾਨੀ ਹੁਕਮ ਆਉਣਾ ਐਸ ਡੀ ਐਮ ਭਡਾਲੀ ਬਹਿ ਜੇ ਤਾਂ ਭਡਾਲੀ ਤਹਿਸੀਲ ਨਹੀਂ ਬਣ ਜਾਂਦੀ, ਐਸ ਡੀ ਐਮ ਜਾ ਕੇ ਕਿਲ੍ਹਾ ਨੱਥੂ ਸਿੰਘ ਬਹਿ ਜੇ ਤਾਂ ਉਹਨੂੰ ਤਹਿਸੀਲ ਨਹੀਂ ਕਹਾਂਗੇ। ਸਾਨੂੰ ਨੋਟੀਫਿਕੇਸ਼ਨ ਲਿਆ ਕੇ ਦੇਵੇ ਕਲਾਨੌਰ ਨੂੰ ਸਬ ਡਿਵੀਜ਼ਨ ਬਣਾਉਣ ਦਾ ਅਤੇ ਫਿਰ ਅਸੀਂ ਉਹਦੀ ਗੱਲ ਜਿਹੜੀ ਆ ਉਹਦਾ ਧੰਨਵਾਦ ਵੀ ਕਰਾਂਗੇ, ਉਹਨੂੰ ਹਾਰ ਵੀ ਪਾਵਾਂਗੇ ਵੀ ਇਹਨੇ ਕਲਾਨੌਰ ਨੂੰ ਕੁਝ ਦਿੱਤਾ। ਅਤੇ ਜੇ ਨਿਹਰਾ ਇਹੋ ਡਰਾਮਾ ਹੀ ਕਰਨਾ ਵੀ ਐਸ ਡੀ ਐਮ ਨੂੰ ਇੱਥੇ 3 ਦਿਨ ਬਹਾਉਣ ਦਾ ਕੋਈ ਅਰਥ ਹੀ ਨਹੀਂ। ਐਸ ਡੀ ਐਮ ਨੂੰ ਤਾਂ ਜਿੱਥੇ ਹੁਕਮ ਕਰੇਗਾ, ਜਿਹੜੇ ਪਿੰਡ ਕਹੇਗਾ ਪਰ ਭੀਖੋ ਚੱਕ ਕਹੇਗਾ ਉੱਥੇ ਜਾ ਕੇ ਬਹਿ ਰਹਿਣਾ, ਉਹਦਾ ਕੋਈ ਅਰਥ ਨਹੀਂ। ਸਾਡੀ ਜਿਹੜੀ ਮੰਗ ਆ ਉਹ ਜਾਣ ਬੁੱਝ ਕੇ ਗੁੰਮਰਾਹ ਕਰ ਰਿਹਾ, ਉਹਨੇ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਜਿਹੜਾ ਪਰਸਿਊ ਕੀਤਾ ਉਹ ਡੇਰੇ ਨਾਲ ਜੋੜਨ ਲਈ ਪਰਸਿਊ ਕੀਤਾ ਕਿ ਅਸੀਂ ਇਹ ਭੇਜਿਆ ਕਿਉਂ, ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਕੀ ਉਹ ਉਹਨੂੰ ਇਹ ਫਾਇਦਾ ਵਾ ਵੀ ਉਹ ਚਾਹੁੰਦਾ ਵੀ ਇੱਕੋ ਐਸ ਪੀ ਦੇ ਅੰਡਰ ਹੋਵਾਂ, ਅੰਡਰ ਹੋਏ ਸਾਰਾ ਮੇਰੇ ਥੱਲੇ ਇੱਕੋ ਐਸ ਪੀ ਹੋਏਗਾ, ਜੋ ਮੈਂ ਹੁਕਮ ਕਰਾਂਗਾ ਉਹ ਚੱਲੇਗਾ, ਦੋ ਐਸ ਪੀਆਂ ਨੂੰ ਨਾ ਕਹਿਣਾ ਪਏਗਾ। ਆਇਆ ਸਿਰਫ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਦੀ ਸ਼ਹਿ 'ਤੇ ਕੁਝ ਲੋਕਾਂ ਨੇ ਇੱਥੇ ਧਰਨਾ ਲਾਇਆ ਵਾ ਜਿਨ੍ਹਾਂ ਦੀ ਕੋਈ ਹੋਂਦ ਨਹੀਂ, 10-15 ਬੰਦਿਆਂ ਤੋਂ ਵੱਧ ਕਦੇ ਇਕੱਠੇ ਨਹੀਂ ਹੋਏ। ਉਹ ਐਲੀਗੇਸ਼ਨ ਇਹ ਲਾ ਰਹੇ ਨੇ ਕਿ ਤਹਿਸੀਲ ਤੋੜ ਦਿੱਤੀ ਜਾਣੀ ਹੈ ਕਲਾਨੌਰ ਦੀ ਅਤੇ ਜ਼ਿਲ੍ਹਾ ਬਟਾਲਾ ਜਿਹੜਾ ਨਵਾਂ ਬਣ ਜਾਣਾ ਵਾ ਅਤੇ ਇਹ ਤਹਿਸੀਲ ਡੇਰੇ ਬਣਾਉਣੀ ਹੈ। ਡੇਰੇ ਤਹਿਸੀਲ ਵੱਡੀ ਪਹਿਲਾਂ ਬਣੀ ਹੋਈ ਹੈ, ਡੇਰੇ ਐਸ ਡੀ ਐਮ ਸਾਹਿਬ ਵੀ ਉਹਦੀ ਵੀ ਪੋਸਟ ਹੈਗੀ ਆ, ਉਹ ਵੀ ਉੱਥੇ ਬਣੇ ਹੋਏ ਨੇ, ਕੋਈ ਨਵੀਂ ਸਬ ਡਿਵੀਜ਼ਨ ਨਹੀਂ ਬਣਨੀ। ਲੇਕਿਨ ਜਿਹੜਾ ਕਲਾਨੌਰ ਹੈ, ਕਲਾਨੌਰ ਇੱਕ ਸਬ ਤਹਿਸੀਲ ਹੈ, ਇੱਥੋਂ ਦੇ ਲੋਕ ਵੱਡੀ ਤਹਿਸੀਲ ਦੇ ਕੰਮ ਗੁਰਦਾਸਪੁਰ ਕਰਵਾਉਣ ਜਾਂਦੇ ਨੇ। ਮੈਂ ਬਾਦਲ ਸਾਹਿਬ ਨਾਲ ਬੇਨਤੀ ਕੀਤੀ ਸੀ ਕਿ ਸਾਨੂੰ ਵੱਡੀ ਤਹਿਸੀਲ ਕਲਾਨੌਰ ਦੀ ਬਣਾ ਦਿਓ ਤਾਂ ਕਿ ਸਾਡੇ ਲੋਕ ਜਿਹੜੇ ਗੁਰਦਾਸਪੁਰ ਨਾ ਜਾਣ, ਆਪਣੇ ਕੰਮ ਜਿਹੜੇ ਨੇ ਕਲਾਨੌਰ ਵਿੱਚ ਹੀ ਕਰਨ। ਜਿਵੇਂ ਬਲਾਕ ਧਾਰੀਵਾਲ ਵਿੱਚ ਮੇਰੇ ਹਲਕੇ ਦੇ 38 ਪਿੰਡ ਪੈਂਦੇ ਨੇ, ਮੈਂ ਉਹਨਾਂ ਨੂੰ ਕਿਹਾ ਉਹ 38 ਪਿੰਡ ਕੱਢ ਕੇ ਅਤੇ ਕਲਾਨੌਰ ਬਲਾਕ ਵਿੱਚ ਪਾ ਦਿਓ ਤਾਂ ਕਿ ਸਾਡੇ ਸਾਰੇ ਹਲਕੇ ਦੇ ਲੋਕ ਜਿਹੜੇ ਨੇ ਇੱਕ ਬਲਾਕ 'ਚੋਂ ਆਪਣਾ ਕੰਮ ਕਰਵਾਉਣ। ਇਸੇ ਤਰ੍ਹਾਂ ਜਿਹੜਾ ਐਸ ਡੀ ਐਮ ਡੇਰਾ ਬਾਬਾ ਨਾਨਕ ਲੱਗਾ ਵਾ, ਉਹ ਮੈਂ ਚਾਹੁੰਦਾ ਵਾਂ ਕਿ ਡੇਰਾ ਬਾਬੇ ਨਾਨਕ ਦਾ ਅਤੇ ਕਲਾਨੌਰ ਦਾ ਕੋਈ ਬਹੁਤ ਵੱਡਾ ਫਰਕ ਨਹੀਂ, 3 ਦਿਨ ਉਹ ਕਲਾਨੌਰ ਆ ਜਾਣ ਕਰਨ ਅਤੇ 3 ਦਿਨ ਡੇਰੇ ਜਿਹੜੇ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਤਕਲੀਫਾਂ ਸੁਣਿਆ ਕਰਨ। ਸਾਡੇ ਇੱਥੇ ਪੰਚਾਇਤ ਦੀ ਬਹੁਤ ਵੱਡੀ ਜਾਇਦਾਦ ਆ, ਅਸੀਂ ਉਹਨੂੰ ਬਹੁਤ ਸ਼ਾਨਦਾਰ ਦਫ਼ਤਰ ਇੱਥੇ ਬਣਾ ਕੇ ਦੇ ਸਕਦੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ। ਇਹ ਲੋਕ ਜਿਹੜੇ ਨੇ, ਹਲਕਾ ਬੜਾ ਪੁੱਠਾ ਸਿੱਧਾ ਬਣ ਗਿਆ ਵਾ, ਬਹੁਤ ਲੰਬਾ ਵਾ ਅਤੇ ਡੇਰੇ ਜਾਣਾ ਵਾਕਈ ਘੁੰਮਣਾ ਵਾਲੇ ਲੋਕਾਂ ਨੂੰ ਔਖਾ। ਅਤੇ ਜੇ ਐਸ ਡੀ ਐਮ ਸਾਡਾ ਕਲਾਨੌਰ ਆ ਜਾਂਦਾ ਵਾ 3 ਦਿਨ ਲਈ ਅਤੇ ਉਹ ਉਹਨਾਂ ਲੋਕਾਂ ਲਈ ਵੀ ਆਉਣ ਜਾਣ ਜਿਹੜਾ ਵਾ ਨੇੜਿਓਂ ਹੋ ਜੂਗਾ। ਇਹ ਤਾਂ ਆ ਲੋਕਾਂ ਦੇ ਇਕੱਠ ਨੇ ਤੁਹਾਨੂੰ ਦੱਸ ਦਿੱਤਾ ਵੀ ਠੀਕ ਹੈ ਕਿ ਗਲਤ ਹੈ। ਮੈਂ ਸੱਦੀ ਮੀਟਿੰਗ 500-700 ਬੰਦਾ ਆਜੂਗਾ, ਇਹ ਲੋਕ ਆ ਗਏ 10,000 ਤੋਂ ਵੀ ਉੱਪਰ, ਨਾ ਸਾਡੇ ਕੋਲ ਬਹਿਣ ਲਈ ਥਾਂ, ਨਾ ਸਾਡੇ ਕੋਲ ਖਲੋਣ ਲਈ ਥਾਂ, ਲੋਕ ਦਰਖਤਾਂ ਦੇ ਦੂਰ ਦੁਰਾਡੇ ਤੁਹਾਡੇ ਸਾਹਮਣੇ ਬੈਠੇ ਹੋਏ ਨੇ। ਮੈਂ ਤਾਂ ਕਿੰਨਾ ਲੋਕਾਂ 'ਚ ਹਾੜੀ ਆ ਗਿਆ ਵਾ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗ ਸੇਵਕ ਵੈਬ ਟੀਵੀ। Audio Jungle.